ਇਹ ਤਸਵੀਰ ਹੈ ਨੌਜਵਾਨ ਮੁਖਵਿੰਦਰ ਸਿੰਘ ਦੀ, ਜਿਸ ਨੂੰ ਬੀਤੇ ਦਿਨੀ ਦੀਵਾਲੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਮਲਾ ਹੈ ਦੀਨਾਨਗਰ ਦੇ ਪਿੰਡ ਮੁਗਰਾਲਾ ਦਾ, ਜਿੱਥੇ ਜਾਣਕਾਰੀ ਮੁਤਾਬਕ ਕਰੀਬ 7 ਲੋਕਾਂ ਨੇ ਮੁਖਵਿੰਦਰ ਸਿੰਘ ਅਤੇ ਉਸਦੇ ਦੋ ਸਾਥੀਆਂ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਇੱਕ ਤੋਂ ਬਾਅਦ ਇੱਕ ਮੁਖਵਿੰਦਰ ਸਿੰਘ ਦੇ ਲੱਗੀਆਂ 6 ਗੋਲੀਆਂ ਨੇ ਉਸਦੀ ਮੌਕੇ 'ਤੇ ਹੀ ਜਾਨ ਲੈ ਲਈ। ਦੀਵਾਲੀ ਦੀਆਂ ਖੁਸ਼ੀਆਂ ਇਸ ਘਰ 'ਚ ਮਾਤਮ 'ਚ ਬਦਲ ਗਈਆਂ। ਇਹ ਤੁਸੀਂ ਮੁਖਵਿੰਦਰ ਸਿੰਘ ਦੇ ਘਰ ਦਾ ਹਾਲ ਦੇਖ ਸਕਦੇ ਹੋ। ਉੱਥੇ ਮੁਖਵਿੰਦਰ ਦੇ ਦੋਵੇਂ ਦੋਸਤ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਨੇ ਅਤੇ ਪਰਿਵਾਰ ਮੁਤਾਬਕ ਇਸ ਝਗੜੇ ਦਾ ਕਾਰਨ ਪੁਰਾਣੀ ਰੰਜਿਸ਼ ਸੀ ਅਤੇ ਉਹਨਾਂ ਨੇ ਤਮਾਮ ਹਮਲਾਵਰਾਂ ਦੇ ਨਾਮ ਤੱਕ ਦੱਸੇ। ਰਾਤੀ ਮਤਲਬ ਕਿ ਦੀਵਾਲੀ ਹੀ ਇੱਥੇ ਮੁੰਡਾ ਪਹਿਲਾਂ ਮਤਲਬ ਕਿ ਕੋਈ ਖਾਣ ਪੀਣ ਵਾਸਤੇ ਲਿਆਉਂਦੇ ਸੀ ਅਤੇ ਘਰ ਛੱਡ ਕੇ ਗਿਆ। ਅੱਗੇ ਗਿਆ ਅਤੇ ਇਹਨਾਂ ਨੇ ਮੁੰਡਾ ਡਰਾਈਵਰ ਰੱਖਿਆ ਸੀਗਾ, ਉਹਨੂੰ ਕਿਤੇ ਕੁੱਟਣ ਦੇ, ਇਹ ਵੀ ਚਲ ਗਿਆ ਉਹਨਾਂ ਲਾਗੇ ਵੀ ਕੀ ਗੱਲ, ਇਹਨੂੰ ਕੋਈ ਮਾਰਨ ਦਿਓ। ਉਹਨਾਂ ਕੋਲ ਜੀ ਚਲਾ ਤੀ ਤਿੰਨ ਜਾਣੇ ਸੀ, ਮਤਲਬ ਕਿ ਇਹ ਫਾਇਰ ਕਰਨ ਵਾਲੇ ਤਿੰਨ ਪਿਸਤੌਲ ਸੀ ਇਹਨਾਂ ਕੋਲ ਅਤੇ 6 ਫਾਇਰ ਇਹਦੇ ਕੀਤੇ ਆ, 6 ਗੋਲੀ ਇਹਦੇ ਮਾਰੀਆਂ ਅਤੇ 2 ਇੱਕ ਮੁੰਡੇ ਦੇ ਮਾਰੀ, 1 1 ਮੁਖਵਿੰਦਰ ਸਿੰਘ ਦੀ ਮੌਤ ਹੋ ਗਈ ਜੀ ਅਤੇ 2 ਜ਼ਖਮੀ ਹੋਏ ਅਤੇ ਹਾਂ ਜੇ ਪੁਲਿਸ ਨੇ ਨਾ ਇਹਨਾਂ ਨੇ ਢਿੱਲ ਵਰਦੀਆਂ ਕੰਮ ਹੋਣੇ ਨਹੀਂ, ਪੁਲਿਸ ਨੇ ਉਹਨਾਂ ਕੋਲ ਪੈਸੇ ਪੂਸੇ ਖਾਧੇ ਸੀ, ਸਾਡੇ ਕੋਲ ਵੀ ਖਾਧੇ 3000 ਰੁਪਏ ਉਹਨਾਂ ਨੇ, ਮਤਲਬ ਕਿ ਕਾਰਵਾਈ ਪੂਰੀ ਕਰਦੀ ਤਾਂ ਮਤਲਬ ਹੀ ਨਹੀਂ ਹੁੰਦਾ ਕੰਮ ਨਹੀਂ ਹੋਣਾ। ਉੱਥੇ ਇਸ ਘਟਨਾ ਦੇ ਬਾਅਦ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਬੰਦ ਦੀ ਕਾਰਵਾਈ ਕਰਨ ਦੀ ਗੱਲ ਆਖੀ। ਤਾਰਾ ਸਿੰਘ ਲੰਬੜਦਾਰ ਦੇ ਬਿਆਨ 'ਤੇ ਪਰਚਾ ਦਰਜ ਹੋਇਆ, ਐਫ ਆਈ ਆਰ ਨੰਬਰ 188 ਅੰਡਰ ਸੈਕਸ਼ਨ 302 307 148 149 25 ਆਰਮ ਜੈਕਟ। ਸੋ ਇਹ ਤਾਰਾ ਸਿੰਘ ਅਤੇ ਇਹਦਾ ਭਰਾ ਜਿਹੜੇ ਉੱਥੋਂ ਜਾ ਰਹੇ ਸੀਗੇ ਤਾਂ ਉਹਨਾਂ ਵੇਖਿਆ ਵੀ ਇਹ ਤਿੰਨ ਜਣੇ ਖੜ੍ਹੇ ਸੀ ਉੱਥੇ, ਮੁਖਵਿੰਦਰ ਜਿਹੜਾ ਕਿ ਇਹਦਾ ਭਤੀਜਾ ਆ ਤਾਰਾ ਸਿੰਘ ਦਾ, ਨਾਲ ਰਾਹੁਲ ਅਤੇ ਸੂਰਜ, ਇਹ ਤਿੰਨੇ ਉੱਥੇ ਖੜ੍ਹੇ ਸੀ ਤਾਂ ਇਹ 7 ਜਣੇ ਆਏ ਆ ਮੋਟਰਸਾਈਕਲਾਂ 'ਤੇ, ਜੋ 3 ਬੰਦੇ ਮੁਗਲਾਣੇ ਦੇ ਰਹਿਣ ਵਾਲੇ ਆ, ਬਾਕੀ 3-4 ਜਿਹੜੇ ਆ ਦੀਨਾਨਗਰ ਨੇੜੇ ਦੇ, ਇੱਕ ਹੈਗਾ ਤਾਰਾਗੜ੍ਹ ਦਾ ਦਵਿੰਦਰ ਸੈਣੀ, ਕਾਕਾ ਪੰਕਜ, ਬੰਟੀ, ਸਾਜਨ ਅਤੇ ਅੰਕੁਸ਼, ਇਹ 7 ਜਣੇ ਨੇ ਆ ਕੇ ਅਤੇ ਇਹ ਦਵਿੰਦਰ ਅਤੇ ਕਾਕੇ ਦੇ ਕੋਲ ਪਿਸਟਲ ਸੀਗੇ, ਉਹਨਾਂ ਨੇ ਆ ਕੇ ਅਤੇ ਨਾਲੇ ਉਹਨਾਂ ਨੂੰ ਕੁੱਟਿਆ ਮਾਰਿਆ ਅਤੇ ਨਾਲੇ ਉਹਨਾਂ ਨੇ ਗੋਲੀਆਂ ਮਾਰੀਆਂ ਅਤੇ ਉਹ ਜਿਹਦੇ 'ਚ ਕਿ ਮੁਖਵਿੰਦਰ ਦੇ ਕਾਫੀ ਗੋਲੀਆਂ ਲੱਗੀਆਂ ਅਤੇ ਜਿਹੜਾ ਕਿ ਜਦੋਂ ਹੋਸਪਿਟਲ ਲੈ ਕੇ ਗਏ ਤਾਂ ਉਹਦੀ ਮੌਤ ਹੋ ਗਈ। ਰਾਹੁਲ ਇਹਦੇ ਵੀ ਕਾਫੀ ਸੀਰੀਅਸ ਫਾਇਰ ਲੱਗਾ ਆ ਛਾਤੀ ਉੱਤੇ, ਉਹਦੀ ਵੀ ਉਹਨੂੰ ਐਡਮਿਟ ਹੈ ਅਤੇ ਜਿਹੜਾ ਸੂਰਜ ਆ ਉਹ ਵੀ ਰੱਖਦਾ ਹੋਸਪਿਟਲ। ਜੋ ਇਹਨਾਂ ਨੇ ਪਹਿਲਾਂ ਇਹਨਾਂ ਦਾ ਝਗੜਾ ਹੋਇਆ ਸੀਗਾ ਤਾਰਾਗੜ੍ਹ, ਉੱਥੇ ਪਰਚਾ ਦਰਜ ਹੋਇਆ ਆ, ਉਹਦੀ ਰੰਜਿਸ਼ 'ਚ ਆ ਕੇ ਇਹਨਾਂ ਨੇ ਅੱਜ ਦੀਵਾਲੀ ਦਾ ਦਿਨ ਆ ਕੇ ਇੱਥੇ ਦਸ਼ਰਿਆਂ ਗੋਲੀਆਂ ਚਲਾ ਕੇ ਉਹਨੂੰ ਮਾਰਿਆ। ਕੋਸ਼ਿਸ਼ ਹੈ ਕਿ ਸ਼ਾਮ ਤੱਕ ਅਸੀਂ ਕੋਈ ਨਾ ਕੋਈ ਇਹਨਾਂ 'ਚੋਂ ਬੰਦੇ, ਕਿਉਂਕਿ ਹਰ ਬੰਦਾ ਜਦੋਂ ਵਾਰਦਾਤ ਕਰਦਾ ਉਹਨੇ ਭੱਜਣਾ ਵੀ ਹੈ, ਡਰਦਾ ਵੀ ਹੈ, ਪਰ ਅਜੇ ਫਿਲਹਾਲ ਫਰਾਰ ਨੇ, ਪਰ ਜਲਦੀ ਪਹੁੰਚ ਤੋਂ ਬਾਹਰ ਨਹੀਂ ਕਾਬੂ ਕਰਾਂਗੇ। ਜਿੱਥੇ ਇਸ ਪਰਿਵਾਰ ਨੇ ਖੁਸ਼ੀਆਂ ਮਨਾਉਣੀਆਂ ਸੀ ਉੱਥੇ ਅੱਜ ਇਹ ਆਪਣੇ ਪੁੱਤਰ ਦੇ ਜਾਨ ਦਾ ਸੋਗ ਮਨਾ ਰਹੇ ਨੇ। ਇਹ ਦੀਵਾਲੀ ਇਸ ਪਰਿਵਾਰ ਲਈ ਦੁੱਖਾਂ ਦਾ ਪੈਗਾਮ ਲੈ ਕੇ ਆਈ। ਦੀਨਾਨਗਰ ਤੋਂ ਰਮੇਸ਼ ਸਰੰਗਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। Hey, you are watching Worldwide Super Hit Punjabi Music Satellite TV Channel. Balle Balle. Balle Balle.